समाज भाई काशी Thank you.
ਪਹਿਲਾਂ ਮੇਰੇ ਬਾਪੂ ਗੁਲਾਮ ਸਿੰਘ ਸੁਰਿੰਦਰ ਸ਼ਾਹ ਸਰਕਾਰ ਵੱਲੋਂ ਇਸ ਮੇਲੇ ਦੀਆਂ ਪੂਰੇ ਸਮਰਾਲਾ ਸ਼ਹਿਰ ਨੂੰ ਨੇੜੇ ਦੂਰੋਂ ਚੱਲ ਕੇ ਆਈ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਇੱਕ ਵਾਰ ਤਾੜੀ ਲਗਾਓ ਪਹਿਲਾਂ ਦੋ ਆਪ ਆ ਜਿਹੜੇ ਬਾਹਰ ਖੜੇ ਆ ਗੁੱਸਾ ਨਾ ਕਰਿਓ ਜਾਂ ਬਹਿ ਜਾਓ ਜਾਂ ਚਲੇ ਜਾਓ ਕਿਉਂਕਿ ਇਹ ਮਸਤਾਂ ਦਾ ਦਰਬਾਰ ਹੈ ਉਹ ਫਕੀਰਾਂ ਦਾ ਦਰਬਾਰ ਹੈ ਉਹ ਬਲੀਆਂ ਦਾ ਦਰਬਾਰ ਹੈ ਇੱਥੇ ਖੜੇ ਹੋ ਕੇ ਤਮਾਸ਼ਾ ਦੇਖਣ ਵਾਲੀ ਗੱਲ ਨਹੀਂ ਕਰਨੀ ਇਹ ਉਹਨਾਂ ਸੱਚੀਆਂ ਸਰਕਾਰਾਂ ਦਾ ਦਰਬਾਰ ਹੈ ਇਹ ਉਹ ਇਹ ਸੱਚ ਦੀ ਕਚਹਿਰੀ ਇੱਥੇ ਬਹਿ ਕੇ ਨਜ਼ਾਰਾ ਲਓ ਵਾ ਪਿਓ ਖੜੇ ਹੋ ਕੇ ਤੇ ਤਮਾਸ਼ਾ ਦੇਖਿਆ ਜਾਂਦਾ ਪਰ ਜੇ ਕਿਸੇ ਗੁਰੂ ਦੀ ਮਹਿਫਲ ਨੂੰ ਦੇਖਣਾ ਤੇ ਫਿਰ ਬਹਿ ਕੇ ਨਜ਼ਾਰਾ ਲਿਓ ਨਹੀਂ ਤੇ ਮੇਰਾ ਭਰਾ ਨੀਂਦ ਨਾ ਆਪਣੀ ਖਰਾਬ ਕਰੋ ਜਾ ਸਕਦੇ ਹੋ ਉਹ ਖਿੱਚਿਆ ਤਾੜੀ ਲਾ ਲਓ ਸਾਰੇ ਸਰਦਾਰ ਜਗਤਾਰ ਸਿੰਘ ਜੈਲਪੁਰੀਆ ਜੀ ਐਮਐਲਏ ਸਾਹਿਬ ਤਸ਼ਰੀਫ ਲੈ ਕੇ ਆਏ ਆ ਇਲਾਕੇ ਦਾ ਮਾਂ ਪਿਓ ਹੁੰਦਾ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਨ ਸਨਮਾਨ ਲਈ ਦਾਦਾ ਭਰੀ ਕਰੇ ਚੜ੍ਹੀ ਅਗਲਾ ਰੱਖਿਆ ਆ ਜਾਓ ਬਾਈ So
ਜਿਹਨੂੰ
ਨੂੰ ਆਪਣੇ ਗੁਰੂ ਪੀਰ ਨਾਲ ਪਿਆਰ ਹੋਇਆ ਓਏ ਇਸ ਚੀਜ਼ ਤੋਂ ਵਾਝੇ ਨਾ ਰਿਓ ਅੱਜ ਸਰਕਾਰਾਂ ਨੇ ਸਭ ਦੀਆਂ ਝੋਲੀਆਂ ਭਰ ਕੇ ਤੋੜਨੀਆਂ ਚਾਹੇ ਸ਼ਰੀਰ ਰੂਪ ਦੇ ਵਿੱਚ ਤੇ ਨਹੀਂ ਬੈਠਾ ਪਰ ਬੈਠਾ ਹੈ ਇਹ ਮੇਰਾ ਮਨ ਹੈ ਮੇਰਾ ਯਕੀਨ ਹੈ ਤੁਸੀਂ ਮੰਨ ਕੇ ਦੇਖੋ ਜੇ ਨਾ ਝੋਲੀ ਭਰੀ ਤੇ ਮੈਂ ਗਾਉਣਾ ਛੱਡ ਦਿਆਂਗਾ ਬਾਬਿਓ ਇਹ ਉਹ ਦਰਬਾਰ ਖਿੱਚ ਕੇ ਤਾੜੀ ਮਾਰੋ ਸਰਕਾਰ ਦੇ ਨਾਲ ਦੁਲਹਨ ਕੱਲੀ ਫੁਲਕਾਰੀ ਨਾਲ ਥੋੜੀ ਇਹ ਸਾਡਾ ਖਸਮ ਬੈਠਾ ਸੀ ਇਹਦੀ ਇਹਦੀਆਂ ਦੁਲਹਨਾਂ ਹੈਗੀਆਂ ਸੀ ਮੈਂ ਆਪਣੀ ਗੱਲ ਕਰ ਰਿਹਾ ਬਸ ਜਦੋਂ ਵਿਆਹ ਇਹਦੇ ਨਾਲ ਕਰਾ ਲਿਆ ਸਾਰੀ ਜ਼ਿੰਦਗੀ ਸਾਡੀ ਸਾਡੀ ਆਤਮਾ ਇਹਦੇ ਨਾਲ ਹੋ ਗਈ ਫਿਰ ਕੱਲੇ ਫੁਲਕਾਰੀ ਨਾਲ ਕਿਉਂ ਕੰਮ ਚੱਲੂਗਾ ਹੈ ਮਾਹੇ ਨੀ ਮਾਹੇ ਮੈਨੂੰ ਪਿਆਰ ਹੋ ਗਿਆ We'll be right back.
رنگ مرشد نے پائی لکیاں موج بہارا لکیاں موج بہارا جدو دی رنگ مرشد نے پائی لکیاں موج بہارا قسمت دے نال مل دے لوکو اے سچیاں سرکاراں ਤਾਤਨ ਭਾਈ ਮਰਦਾਨਾ ਦੀ ਚੈਰੀਟੇਬਲ ਸੁਸਾਇਟੀ ਵੱਲੋਂ ਸ਼ਾਨੇ ਦਸਤਾਰ ਮੁਕਾਬਲਾ ਇੱਕ ਵਾਰੀ ਤਾਂ ਤਾੜੀ ਮਾਰੋ ਇਹਨਾਂ ਦੇ ਨਾਂ ਤੇ ਮੈਨੂੰ ਭਰਾ ਮਿਲਣ ਆਏ ਸੀਗੇ ਕੋਈ ਚੰਗੇ ਹੀ ਲੱਗ ਰਹੇ ਸੀ ਮੈਨੂੰ ਉਹਦੇ 'ਚ ਵੀ ਕਾਰੋਬਾਰ 'ਚ ਵੀ ਗੁਰੀ ਦੇ ਘਰੇ ਮਿਲੇ ਮੈਂ ਉੱਥੇ ਬਹਿ ਕੇ ਕਿਹਾ ਕਿ ਇਹ ਜਿਹੜੀ ਦਸਤਾਰ ਹੈ ਇਹ ਸਾਨੂੰ ਐ ਨਹੀਂ ਮਿਲੀ ਜੇ ਸੱਤ ਲੜ ਦੀ ਕੋਈ ਦਸਤਾਰ ਬਣਦਾ ਬਾਬਿਓ ਤੇ ਉਹ ਸੱਤ ਲੜਾਂ ਦੇ ਵਿੱਚ ਇੱਕ ਇੱਕ ਲੜ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਇੱਕ ਪਰਿਵਾਰ ਦਾ ਇੱਕ ਇੱਕ ਮੁੱਖ ਲੁਕਿਆ ਹੋਇਆ ਇੱਕ ਵਾਰੀ ਤਾੜੀ ਮਾਰੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਨਾਂ ਤੋਂ ਬਾਬਿਓ ਸੱਤ ਮੀਟਰ ਦੀ ਊਂ ਨਹੀਂ ਬਣ ਗਈ ਸੱਤ ਵਾਰੇ ਹੈ ਤਾਂ ਜਾ ਕੇ ਪੱਗ ਮਿਲੀ ਹੈ ਇਹ ਜਿਹੜੇ ਮੁਕਾਬਲਾ 28 ਅਪ੍ਰੈਲ ਨੂੰ ਦਿਨ ਐਤਵਾਰ ਕਰਵਾ ਰਹੇ ਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਖੰਨਾ ਰੋਡ ਸਮਰਾਲਾ ਵਿਖੇ ਤੇ ਸਮਾਂ ਬਈ 12 ਵਜੇ ਦਾ ਹੈ ਜਿਹੜੇ ਪੱਗ ਬੰਨਦੇ ਆ ਹੱਥ ਖੜੇ ਕਰਿਓ ਮਾੜਾ ਜਿਹਾ ਜਿਨ੍ਹਾਂ ਨੇ ਪੱਗਾਂ ਇੱਥੇ ਉਮਰ ਦਾ ਤਾਂ ਕੋਈ ਦਿੱਕਤ ਨਹੀਂ ਕਿੰਨੀ ਹੈ ਜੀ 17 ਤੋਂ 22 ਸਾਲ ਦੇ ਜਿੰਨੇ ਵੀ ਨੌਜਵਾਨ ਹੈ ਜ਼ਰੂਰ ਜਾਇਓ ਪੱਗ ਮੁਕਾਬਲੇ ਦੇ ਵਿੱਚ ਤੇ ਜਿਨ੍ਹਾਂ ਦੀ ਉਮਰ ਜ਼ਿਆਦਾ ਉਹ ਜ਼ਰੂਰ ਇਹਨਾਂ ਦਾ ਮਾਣ ਵਧਾਉਣ ਲਈ ਜ਼ਰੂਰ ਜਾਇਓ ਸਾਰੇ ਜ਼ਿਆਦਾ ਭਲੀ ਕਰੇ ਚੜ੍ਹਦੀ ਕਲਾ ਰੱਖੇ ਸਾਡਾ ਇਹ ਵੀ ਕਨਵਰ ਆ ਰਿਹਾ ਤੇ ਕਨਵਰ ਗਰੇਵਾਲ ਇਹਦਾ ਇਸ ਤੋਂ ਵੱਡਾ ਜਿਹੜਾ ਰੂਪ ਉਹ ਵੀ ਆ ਰਿਹਾ ਇੱਥੇ ਤੇ ਗੁਰਿਆਰਿਸ਼ ਅਰਦਾਸ ਬੇਨਤੀ ਸਾਈਂ ਜੀ ਨੂੰ ਵੀ ਕੀਤੀ ਹੋਈ ਹੈ ਕੀ ਪਤਾ ਸਾਈਂ ਜੀ ਵੀ ਆ ਜਾਣ ਤੇ ਤੁਸੀਂ ਸਾਰਿਆਂ ਨੇ ਪਹੁੰਚਣਾ ਬਾਬਾ ਜੀ
28 ਅਪ੍ਰੈਲ ਨੂੰ ਇੱਕ ਵਾਰੀ ਤਾੜੀ ਲਾ ਦਿਓ ਇਹਨਾਂ ਦੇ ਨਾਮ ਤੇ ਜਿਉਂਦੇ ਰਹੋ ਆ ਜਾਓ ਬਾਈ ਲਾਈਨ 'ਚ ਖੜੋ ਮੇਰਾ ਭਰਾ ਸਾਰਿਆਂ ਦਾ ਸਨਮਾਨ ਕਰੀਏ ਤੁਸੀਂ ਬੜੀ ਮਿਹਨਤ ਕੀਤੀ ਹੈ ਇੱਕ ਵਾਰੀ ਤਾੜੀ ਲਾਓ ਇਹਨਾਂ ਦੇ ਨਾਂ ਤੇ ਉਹ ਸਮਰਾਲੇ ਵਾਲਿਓ ਇੱਕ ਗੱਲ ਯਾਦ ਰੱਖਿਓ ਵੀ ਕਾਸ਼ੀਨਾਥ ਗੱਲ ਕਹਿ ਕੇ ਗਿਆ ਸੀ ਕੁਛ ਦਿਨਾਂ ਦੇ ਵਿੱਚ ਕੁਛ ਪਲਾਂ ਦੇ ਵਿੱਚ ਇਹ ਉਹ ਭਗਤੀ ਦਾ ਸ਼ਹਿਰ ਬਣਨਾ ਹੈ ਜਿਹਨੂੰ ਯਾਦ ਰੱਖਿਆ ਕਰੂਗੀ ਦੁਨੀਆ ਯਾਦ ਰੱਖਿਓ ਮੇਰੀ ਗੱਲ ਤੁਸੀਂ ਕਿਉਂਕਿ ਬਾਬਿਓ ਇੱਥੇ ਨਚਾਰਾਂ ਦੇ ਮੇਲੇ ਦੁਨੀਆ ਕਰਾਉਂਦੀ ਆ ਇੱਥੇ ਮਾੜੇ ਕੰਮਾਂ 'ਚ ਦੁਨੀਆ ਬਹੁਤ ਪੈਂਦੀ ਹੈ
ਪਰ ਇਦਾਂ ਦੇ ਨੇਕੀ ਦੇ ਕੰਮ ਕੋਈ ਕੋਈ ਕਰਾਉਂਦਾ ਬਾਬਾ ਜੀ ਇਹ ਮੇਲੇ ਕੋਈ ਕੋਈ ਕਰਾਉਂਦਾ ਤੇ ਮੈਨੂੰ ਨਹੀਂ ਲੱਗਦਾ ਸਮਰਾਲਾ ਉਹ ਸ਼ਹਿਰ ਹੈ ਜਿਹਦੇ ਮੁਕਾਬਲੇ ਚ ਅਜੇ ਤੱਕ ਇੰਨੇ ਮੇਲੇ ਸਾਈਂ ਜੀ ਦੇ ਨਹੀਂ ਹੋਏ ਜੇ ਕਿਸੇ ਨੇ ਕਰਵਾਏ ਹੋਣ ਮੈਂ ਸਿਰ ਕਲਮ ਕਰਾ ਦੂੰ ਇਹ ਸਾਰੇ ਸਮਰਾਲੇ ਦੇ ਨੇੜੇ ਤੇੜੇ ਜਿੰਨੇ ਵੀ ਪਿੰਡ ਆਉਂਦੇ ਆ ਸਭ ਤੋਂ ਜ਼ਿਆਦਾ ਸਾਈਂ ਜੀ ਨੂੰ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਇਹ ਘਰ ਹੀ ਹੈ ਬੁਲਾ ਕੇ ਸਾਈਂ ਜੀ ਨੂੰ ਬੜਾ ਪਿਆਰ ਦਿੱਤਾ ਮਾਣ ਦਿੱਤਾ ਇੱਕ ਵਾਰ ਸਾਈਂ ਜੀ ਦੇ ਨਾਂ ਤੇ ਤਾੜੀ ਲਾ ਲਓ ਤੇ ਤੁਸੀਂ ਸਾਰੇ ਜਿਉਂਦੇ ਵਸਦੇ ਰਹੋ ਬੈਠੇ ਰਹਿਣਾ ਆ ਜਿਹੜੇ ਚੱਲੇ ਆ ਨਾ ਜਿਹੜੇ ਜਾ ਰਹੇ ਆ ਜਵਾਕਾਂ ਨੂੰ ਲੈ ਕੇ ਨੀਂਦ ਇਹਨਾਂ ਨੂੰ ਘਰ ਵੀ ਨਹੀਂ ਆਉਣੀ ਯਾਦ ਰੱਖਿਓ ਮੇਰੀ ਗੱਲ ਕੀ ਪਤਾ ਉੱਧਰ ਲਾਈਟ ਚਲੀ ਜਾਵੇ ਮੱਛਰ ਇਹਨਾਂ ਨੂੰ ਖਾਵੇ ਕਹਿਣਗੇ ਉੱਥੇ ਚੰਗੇ ਸੀ ਆ ਜਾਓ ਬਈ ਮੁੰਡਿਓ ਕੁਛ ਲੱਖਦਾ ਤਾਂ ਲਾਲਾਂ ਵਾਲਾ ਪੀਰ ਪ੍ਰਬੰਧਕ ਕਮੇਟੀ ਦੇ ਆ ਜਾਓ ਬਾਈ ਮਜੀਸ਼ੀਅਨ ਪਰਿਵਾਰ ਆ ਜਾਓ ਮਾਫੀ ਚਾਹੁੰਦਾ ਬਾਬਾ ਜੀ ਥੋੜ੍ਹਾ ਸਮਾਂ ਲੈ ਲਿਆ ਤੁਹਾਡਾ ਕਿਉਂਕਿ ਇਹ ਵੀ ਜ਼ਰੂਰੀ ਸੀ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦਾ ਮਾਣ ਸਨਮਾਨ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਅਗਲੇ ਮੇਲੇ 'ਤੇ ਹੋਰ ਵੱਧ ਚੜ੍ਹ ਕੇ ਸੇਵਾ ਕਰਨਗੇ ਸਾਰੇ ਤੁਹਾਡਾ ਸਾਰਿਆਂ ਦਾ ਸਾਈਂ ਜੀ ਵੱਲੋਂ ਸਨਮਾਨ ਹੈ ਬਾਬਾ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਦਾਦਾ ਭਲੀ ਕਰ ਰੇਡੀਓ ਸਾਰਾ ਜੀ ਜੈਕਾਰਾ ਲੱਖ ਦਾ ਤਾਂ ਸੱਚੀ ਸਰਕਾਰ ਦਾ ਬੋਲੀਏ ਸਾਚਾ ਦਰਬਾਰ ਕੀ ਸਰਕਾਰ ਦਾ ਉਹਨੇ ਸਾਚਾ ਦਰਬਾਰ ਕੀ ਤੁਹਾਡੇ ਨਾਲ ਕੀ ਨਾਰਾਜ਼ਗੀ ਹੈ ਸਰਕਾਰਾਂ ਦੀ ਬੋਲੇ ਸਾਚਾ ਦਰਬਾਰ ਕੀ ਜੇ ਅੱਗੇ ਬੈਠੇ ਹੋ ਤਾਂ ਜਕਾਰੇ ਲਾਉਣੇ ਨੇ ਚਲੋ ਪਿੱਛੇ ਆ ਜਾਓ ਜੀ ਇੱਕ ਲਾਲਾ ਵਾਲੇ ਸਰਕਾਰ ਦੇ ਦਰਬਾਰ ਤੇ ਇੱਕ ਭੈਣ ਜਾਂਦੀ ਹੈ ਸਾਰੇ ਮਿਹਣੇ ਮਾਰਦੇ ਆ ਜਿੰਨੇ ਵੀ ਲੋਕ ਆਂਢ ਗੁਆਂਢ ਦੇ ਰਿਸ਼ਤੇਦਾਰ ਵੀ ਲਾਲਾਂ ਵਾਲੇ ਸਰਕਾਰ ਦੀ ਸੇਵਾ ਕਰਦੇ ਅਜੇ ਤੱਕ ਤੇਰੇ ਕੁੱਖ 'ਚ ਉਸ ਸਰਕਾਰ ਨੇ ਭਾਗ ਨਹੀਂ ਲਾਏ ਤੇਰਾ ਪੁੱਤ ਨਹੀਂ ਤੇਰਾ ਧੀ ਨਹੀਂ ਤੂੰ ਬਾਹਰ ਜਾ ਉਹ ਜਾ ਕੇ ਸਰਕਾਰਾਂ ਨੂੰ ਕੀ ਕਹਿੰਦੀ ਸੁਣੋ ਯਾਰਾ ਸੁਣ ਪੀਰਾ ਅਰਜ ਮੇਰੀ ਪੀਰਾ ਸੁਣ ਪੀਰਾ ਅਰਜ ਮੇਰੀ ਪੀਰਾ ਕਹਿੰਦੇ ਬਦਲ ਦੇ ਤੂੰ ਤਕਦੀਰਾ ਮੈਂ ਤਾਈਓ ਤੇਰੇ ਆਗੇ ਚੱਲ ਕੇ ਮੈਂ ਤਾਈਓ ਤੇਰੇ ਆਗੇ ਚੱਲ ਕੇ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਮੈਨੂੰ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਮੈਨੂੰ ਆਈਆਂ ਕਰ ਤੇਰੇ ਤੇ ਭਾਵੇਂ ਡੋਬ ਦੇ ਤੇ ਭਾਵੇਂ ਤਾਰ ਦੇ ਮੈਨੂੰ ਕੁਝ ਨਹੀਂ ਮੰਗਦੀ ਤੇਰੇ ਕੋਲੋਂ ਦਾਤਾ ਮੈਂ ਬਾਹਾਂ 'ਚ ਰੱਖ ਲੈ ਤੇ ਭਾਵੇਂ ਹਜ਼ਾਰ ਦੇ ਮੈਨੂੰ ਆਓ ਸਾਰੇ ਰਲ ਕੇ ਦੁਆ ਕਰੀਏ ਜਿਹੜੀ ਜਿਹੜੀ ਵੀ ਚੀਜ਼ ਮੰਗਣ ਆਏ ਤੁਸੀਂ ਸਾਰੇ ਇੱਕ ਵਾਰੀ ਹੱਥ ਖੜੇ ਕਰਕੇ ਸੁਣ ਪੀਰਾ ਅਰਜ ਮੇਰੀ ਪੀਰਾ ਸੁਣ ਪੀਰਾ ਅਰਜ ਮੇਰੀ ਪੀਰਾ ਸੁਣ ਪੀਰਾ ਅਰਜ ਮੇਰੀ ਸੁਣ ਪੀਰਾ ਅਰਜ ਮੇਰੀ ਕਹਿੰਦੇ ਬਦਲ ਦੇਵੇਂ ਤੂੰ ਤੱਕ ਵੀਰਾ ਮੈਂ ਤਾਈਓ ਤੇਰੇ ਆਲੀ ਚੱਲ ਕੇ ਮੈਂ ਤਾਈਓ ਤੇਰੇ ਆਲੀ ਚੱਲ ਕੇ
ਸੱਚੀ ਸਰਕਾਰ ਤੂੰ ਸੱਚੀ ਸਰਕਾਰ ਸੱਚੀ ਸਰਕਾਰ ਤੂੰ ਸੱਚੀ ਸਰਕਾਰ ਦਰਬਾਰ ਤੇ ਇੱਕ ਮਹੰਤ ਆ ਗਿਆ ਸੁਣਿਓ ਪੀਰਾਂ ਦੇ ਦਰਬਾਰ ਤੇ ਇੱਕ ਮਹੰਤ ਆ ਗਿਆ ਜਿਹੜੇ ਵਧਾਈ ਲੈਣ ਵਾਸਤੇ ਆਉਂਦੇ ਆ ਸਰਕਾਰ ਆਪਣੀ ਮੌਤ 'ਚ ਬੈਠੇ ਆ ਮਹੰਤ ਆਏ ਸਰਕਾਰ ਨੇ ਕਿਹਾ ਕਹਿੰਦੇ ਭਾਈ ਓਏ ਕੁਝ ਮੰਗ ਲੈ ਕਹਿਣ ਲੱਗੇ ਜਨਾਬ ਪੀਰ ਜੀ ਮੈਂ ਕੁਝ ਸੇਵਾ ਕਰਨੀ ਆ ਸਰਕਾਰ ਕਹਿੰਦੇ ਜਾ ਕਰ ਲੈ 12 ਸਾਲ ਦਰ ਤੇ ਝਾੜੂ ਲਾਇਆ 12 ਸਾਲ ਦਰ ਤੇ ਝਾੜੂ ਲਾਇਆ ਸੇਵਾ ਕੀਤੀ ਲੱਖਦਾ ਤਾਂ ਸਰਕਾਰ ਕਹਿਣ ਲੱਗੇ ਭਾਈ ਓਏ ਤੈਨੂੰ ਹੁਣ 12 ਸਾਲ ਹੋ ਗਏ ਹੁਣ ਤਾਂ ਕੁਝ ਮੰਗ ਲੈ ਕਹਿੰਦੇ ਸਰਕਾਰ ਮੰਗ ਲਾ ਕਹਿੰਦੇ ਮੰਗ ਕਹਿੰਦੇ ਮੈਂ 12 ਸਾਲ ਹੋਰ ਸੇਵਾ ਕਰਨੀ ਆ ਪੀਰ ਕਹਿੰਦੇ ਜਾ ਕਰ ਲੈ 12 ਸਾਲ ਫਿਰ ਦਰ ਤੇ ਝਾੜੂ ਲਾਇਆ ਸੇਵਾ ਕੀਤੀ ਸੱਚੀ ਸਰਕਾਰ ਕਹਿੰਦੇ ਭਾਈ ਓਏ ਗੱਲ ਸੁਣ ਤੈਨੂੰ 24 ਸਾਲ ਹੋ ਗਏ ਹੁਣ ਤਾਂ ਕੁਝ ਮੰਗ ਲੈ ਉਹ ਮਹੰਤ ਪਤਾ ਕੀ ਕਹਿੰਦਾ ਸਰਕਾਰਾਂ ਨੂੰ ਕਹਿੰਦੇ ਦਾਤਾ ਜੀ ਮੇਰੇ ਪੀਰ ਮੁਰਸ਼ਦ ਜੇ ਮੇਰੇ ਤੇ ਮਿਹਰਬਾਨ ਹੋਏ ਹੋ ਤੇ ਮੈਨੂੰ ਇੱਕ ਲੜਕਾ ਪੈਦਾ ਹੋਵੇ ਲੱਖ ਦਾ ਤਾਂ ਸਰਕਾਰ ਕਹਿਣ ਲੱਗੇ ਨਾ ਇਹ ਔਰਤ ਹੈ ਨਾ ਮਰਦ ਹੈ ਨਾ ਇਹ ਔਰਤ ਹੈ ਨਾ ਮਰਦ ਹੈ ਇਹਨੇ ਮੰਗ ਲਿਆ ਕਿ ਮੈਨੂੰ ਲੜਕਾ ਪੈਦਾ ਹੋਵੇ ਜਦੋਂ ਇੰਨੀ ਗੱਲ ਕਹੀ ਉੱਪਰੋਂ ਇੱਕ ਹਾਸੇ ਦੀ ਆਵਾਜ਼ ਆਈ ਹੱਸਿਆ ਕੌਣ ਮੀਆਂ ਸ਼ਾਹਬਦਾਰ ਸਰਕਾਰ ਤਾਨੂੰ ਵੇਖ ਕੇ ਕਹਿੰਦੇ ਤੁਸੀਂ ਕਿਉਂ ਹੱਸੇ ਕਹਿੰਦੇ ਸਰਕਾਰ ਸਾਰੀ ਦੁਨੀਆ ਤੁਹਾਡੇ ਤੇ ਯਕੀਨ ਕਰਦੀ ਆ ਤੁਹਾਡੇ ਤੇ ਮਾਣ ਕਰਦੀ ਆ ਜੇ ਅੱਜ ਇਹ ਮਹੰਤ ਖਾਲੀ ਮੋੜ ਦਿੱਤਾ ਪੀਰਾਂ ਦਾ ਦਰਬਾਰ ਨਹੀਂ ਲਿਆ ਜਾਣਾ ਪੀਰਾਂ ਦੇ ਕਿਸੇ ਨੇ ਯਕੀਨ ਨਹੀਂ ਕਰਨਾ ਲੱਖਦਾ ਤਾਂ ਸਰਕਾਰ ਕਹਿੰਦੇ ਇਹ ਗੱਲ ਆ ਕਹਿੰਦੇ ਸਰਕਾਰ ਇਹ ਗੱਲ ਆ ਸਰਕਾਰ ਨੇ ਮਾਰਿਆ ਨਾਰਾ ਕਹਿੰਦੇ ਜਾ ਤੇਰੇ ਘਰ ਵੀ ਪੁੱਤਰ ਪੈਦਾ ਹੋਊ ਹਰ ਪੀਰਾਂ ਫਕੀਰਾਂ ਨੇ ਮਾਵਾਂ ਨੂੰ ਔਲਾਦ ਦਿੱਤੀ ਆ ਮੇਰੀ ਲੱਖਦਾ ਤਾਂ ਸਰਕਾਰ ਨੇ ਮਹੰਤਾਂ ਨੂੰ ਵੀ ਸੰਤਾਨ ਬਖਸ਼ ਦਿੱਤੀ ਤੇ ਕੀ ਕਹਿੰਦੇ ਨੇ ਸੁਣ ਕੇ ਜਰਾ ਭਾਵੇਂ ਲੱਖਦਾ ਤਾਂ ਭਾਵੇਂ ਸੱਚੀ ਸਰਵਰ ਭਾਵੇਂ ਕਹਿਣ ਪੀਰਾ ਸੁਲਤਾਨ ਤੈਨੂੰ ਭਾਵੇਂ ਕਹਿਣ ਪੀਰਾ ਸੁਲਤਾਨ ਤੈਨੂੰ ਅੱਜ ਜੋ ਲਾਲ ਮੈਨੂੰ ਬਖਸ਼ਿਆ ਏ ਲਾਲਾ ਵਾਲਾ ਕਹੂਗਾ ਜਹਾਨ ਤੈਨੂੰ ਲਾਲਾ ਵਾਲਾ ਕਹੂਗਾ ਜਹਾਨ ਤੈਨੂੰ ਓ ਲਾਲਾ ਵਾਲਾ ਕਹੂਗਾ ਸੁਣ ਪੀਰਾ ਸੁਣ ਪੀਰਾ ਅਰਜ ਤੇਰੀ ਪੀਰਾ ਕਦੋਂ ਪਾਵੇਗਾ ਕੰਨਾਂ ਦੇ ਵਿੱਚ ਮੇਰੇ ਪੁੱਤਰਾਂ ਬਲੋਰੀ ਬਾਬਾ ਤੇਰੀਆਂ ਕਦੋਂ ਪਾਵੇਗਾ ਕੰਨਾਂ ਦੇ ਵਿੱਚ ਮੇਰੇ ਪੁੱਤਰਾਂ ਬਲੋਰੀ ਬਾਬਾ ਤੇਰੀਆਂ ਕਦੋਂ ਪਾਵੇਗਾ ਕੰਨਾਂ ਦੇ ਵਿੱਚ ਆ ਕਦੇ ਮਾਰ ਕਦੀ ਤੇ ਆ ਕਦੇ ਮਾਰ ਕਦੀ ਤੇ ਆ ਕਦੇ ਮਾਰ ਕਦੀ ਤੇ ਕੀ ਕਰਾਂ ਬਾਬਾ ਜਿੱਦੀ ਸ਼ਾਮ ਬਲੌਰੀ ਬਾਬਾ ਤੇਰੀਆਂ ਅੱਖਾਂ ਤੋਂ ਪਾਵੇਗਾ ਓ
ਸੋਨਾ ਪਰ ਮੇਰੇ ਯਾਰ ਤੋਂ ਵੱਧ ਨਹੀਂ ਸੋਨਾ
ਹੱਸਦੀ ਯਾਰਾ ਮੇਰਾ ਭਰਾ ਅਲੀ ਮਲੇਰਕੋਟਲੇ ਦਾ ਮਹਾਨ ਕਵਾਰ ਆ ਸੰਗਤ ਦੇ ਦਰਸ਼ਨ ਕਰ ਲੈ ਬਾਈ ਇੱਕ ਵਾਰੀ ਤਾੜੀ ਲਾ ਲਓ ਮੁੰਡੇ ਦੇ ਨਾਂ ਦਾ ਬੜਾ ਸੁਰੀਲਾ ਕਵਾਰ ਆ ਮਲੇਰਕੋਟਲੇ ਦਾ ਦਾਦਾ ਭਰੀ ਕਰੇ ਲਵ ਯੂ ਮੇਰੀ ਜਾਨ ਮੈਂ ਨਹੀਂ ਹੱਸਦੀ ਯਾਰਾ ਓ ਤੇਰਾ ਇਸ਼ਕ ਹੱਸਾਵੇ ਜਿੱਥੋਂ ਤੱਕ ਕਿਸੇ ਬਾਰੇ ਜਾਣਕਾਰੀ ਨਾ ਹੋਵੇ ਉਹਨੂੰ ਸਿਰ ਨਹੀਂ ਚੁਕਾਈਦਾ ਤੇ ਜਿਹਦੇ ਬਾਰੇ ਪਤਾ ਹੋਵੇ ਤੇ ਫਿਰ ਸਿਰ ਝੁਕਾਉਣ ਤੋਂ ਰੱਖੀਦਾ ਨਹੀਂ ਹੁੰਦਾ ਇੱਕ ਵਾਰੀ ਮੇਰੇ ਯਾਰ ਦੇ ਨਾਂ ਤੇ ਤਾੜੀ ਲਾਉਂਦੇ ਰਿਹਾ ਕਰੋ ਮੈਨੂੰ ਇਹੀ ਬਹੁਤ ਹੈ ਪਾਣੀ ਪੀਤਾ ਮੈਂ ਛਾਣ ਕੇ ਗੁਰੂ ਬਣਾਇਆ ਮੈਂ ਜਾਣ ਕੇ ਗੁਰੂ ਪਾਣੀ ਪੀਤਾ ਛਾਣ ਕੇ ਤੇ ਗੁਰੂ ਬਣਾਇਆ ਜਾਣ ਕੇ We'll be right back.
ਪਟਿਆਲੇ ਦੇ ਵਿੱਚ ਤਾਂਤਨ ਸ਼੍ਰੀ ਦੁਖਨਵਾਰਨ ਸਾਹਿਬ ਗੁਰਦੁਆਰਾ ਹੈਗਾ ਕਿੰਨੇ ਕਿੰਨੇ ਸੁਣਿਆ ਨਾਂ ਹੱਥ ਖੜੇ ਕਰੋ ਜੇ ਕਿਸੇ ਦਾ ਬੱਚਾ ਨਾਂ ਬੋਲਦਾ ਹੋਵੇ ਗੱਲ ਲਿਖ ਲਿਓ ਕਿਸੇ ਦਾ ਬੱਚਾ ਨਾਂ ਬੋਲਦਾ ਹੋਵੇ ਇੱਕ ਚਾਂਦੀ ਦੀ ਚਾਬੀ ਲੈ ਕੇ ਨਾ ਚਾਬੀ ਚਾਂਦੀ ਦੀ 100 150 ਰੁਪਏ ਦੀ ਆਉਂਦੀ ਹੋਊਗੀ ਚਾਂਦੀ ਦੀ ਚਾਬੀ ਸੁਨਿਆਰ ਕੋਲੋਂ ਇਹ ਵਾਹਿਗੁਰੂ ਦਾ ਨਾਂ ਲੈ ਕੇ ਕਲਗੀਧਰ ਪਾਤਸ਼ਾਹ ਦਾ ਨਾਂ ਲੈ ਕੇ ਦੁਖਨਿਵਾਰਨ ਸਾਹਿਬ ਗੁਰਦੁਆਰੇ ਨੂੰ ਯਾਦ ਕਰਕੇ ਕਹਿ ਦਿਓ ਵੀ ਸੱਚੇ ਪਾਤਸ਼ਾਹ ਆ ਬੱਚੇ ਤੋਂ 7 ਵਾਰ ਵਾਰ ਕੇ ਰੱਖ ਦਿੱਤੀ ਘਰੇ ਜਦਨ ਬੱਚਾ ਬੋਲ ਪਿਆ ਤੇਰੇ ਗੋਲਕ ਚ ਪਾ ਕੇ ਆਵਾਂਗੇ ਬੇੜੇ ਪਾਰ ਮੁੰਡਾ ਤੇਜਾ ਹੋਵੇ ਧੀ ਤੋਤੇ ਵਾਂਗੂ ਬੋਲਦੀ ਫਿਰੂ ਯਾਦ ਰੱਖਿਓ ਇਹ ਗੁਰੂ ਕਰਦੇ ਆ ਰਹਿਮਤਾਂ ਨੇ ਜਿੰਨੀਆਂ ਲੈ ਸਕਦਾ ਕੋਈ ਲੈ ਲਵੇ ਮੰਨਣ ਵਾਲੇ ਵਾਸਤੇ ਸਾਰਾ ਕੁਝ ਆ ਜਿਹੜਾ ਨਹੀਂ ਮੰਨਦਾ ਉਹਦੇ ਲਈ ਕੱਖ ਨਹੀਂ ਹੈ ਜ਼ਰੂਰ ਕਰਿਓ ਜੇ ਕਿਸੇ ਦੇ ਬੱਚੇ ਦੀ ਜ਼ਬਾਨ ਰੁਕੀ ਹੋਵੇ ਦੁਖਨਿਵਾਰ ਸਾਹਿਬ ਸਾਰਿਆਂ ਦੇ ਦੁੱਖ ਨਿਵਾਰਦਾ ਮੇਰਾ ਪਾਤਸ਼ਾਹ ਇੱਕ ਵਾਰੀ ਤਾੜੀ ਮਾਰੋ ਕਲਗੀਧਰ ਪਾਤਸ਼ਾਹ ਦੇ ਨਾਂ ਤੋਂ ਹਾਂਜੀ ਤੂੰ ਤਾਂ ਬਾਕਰਪੁਰ ਦੀ ਸਾਰੀ ਦੁਨੀਆ ਦੇਹ ਵਿੱਚ ਮੱਚੀ ਤੂੰ ਵੀ ਨੇੜੇ ਰੱਬ ਵੀ ਨੇੜੇ ਪਰ ਮੇਲਾ ਇਹ ਸਵਾਰੀ ਦਿਨੇ ਲੱਗੂਗਾ ਦਿਨੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ
ਇਹ ਸਨੇਹਾ ਸਾਰੇ ਜ਼ਰੂਰ ਪਹੁੰਚਾ ਦਿਓਗੇ ਮੇਲਾ ਕਿੱਥੇ ਆ ਸਾਡਾ ਉਹ ਭਰਾ ਰਮਨ ਕਿੱਥੇ ਆ ਰਮਨ ਇਹ ਮੇਲੇ ਇਹ ਵੀਡੀਓ ਬਣਾ ਕੇ ਜ਼ਰੂਰ ਪਾ ਦਿਓ ਸਾਰੀ ਸੰਗਤ ਨੂੰ ਜਿੰਨੇ ਵੀ ਗੁਰੂ ਨੂੰ ਪਿਆਰ ਕਰਨ ਵਾਲੀ ਹੈ ਬਾਪੂ ਗੁਲਾਮ ਸਿੰਘ ਸੁਰਿੰਦਰ ਸ਼ਾਹ ਸਰਕਾਰ ਨੂੰ ਪੀਰਾਂ ਫਕੀਰਾਂ ਨੂੰ ਪਿਆਰ ਕਰਨ ਵਾਲੀ ਸੰਗਤ ਹੈ ਹੱਥ ਜੋੜ ਕੇ ਬੇਨਤੀ ਹੈ ਦਾਤਾ ਜੀ ਵੱਲੋਂ ਤੇ ਪੂਰੀ ਕਮੇਟੀ ਵੱਲੋਂ ਮੇਲਾ ਇਸ ਵਾਰ 29 ਮਈ ਨੂੰ ਦਿਨੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਊਗਾ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜ਼ਰੂਰ ਪਹੁੰਚੋ ਮੇਰੇ ਦਾਦਾ ਦੇ ਮੇਲੇ ਤੇ 27 ਤਰੀਕ ਨੂੰ 51 ਧੀਆਂ ਦੇ ਵਿਆਹ ਹੋਣੇ ਦਰਬਾਰ ਵੱਲੋਂ ਤੇ 28 ਤਰੀਕ ਨੂੰ ਇਹ ਮਹਿੰਦੀ ਮੇਰੇ ਦਾਦੇ ਦੀ ਇਹ ਮਹਿੰਦੀ ਮੇਰੇ ਦਾਦੇ ਦੀ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਮੇਲਾ ਦਿਨੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਊਗਾ ਤਾਂ ਹੁਮ ਹਮਾ ਕੇ ਗੁਰੂ ਦੇ ਆਸ਼ਕਾਂ ਨੂੰ ਉੱਥੇ ਪਹੁੰਚਣਾ ਜਿਹੜੇ ਦਾਤਾ ਜੀ ਨੂੰ ਪਿਆਰ ਕਰਦੇ ਆ ਜਿਹੜੇ ਕਦੇ ਨਹੀਂ ਵੀ ਦਰਬਾਰ ਆਏ ਉਹਨਾਂ ਨੂੰ ਵੀ ਹੱਥ ਜੋੜ ਕੇ ਸੱਦਾ ਹੈ ਕਿ ਜ਼ਰੂਰ ਪਹੁੰਚੋ ਮੇਲੇ ਦੇ ਉੱਪਰ TVS ਸਟੂਡੀਓ ਇਹ ਤਾਂ ਇਹ ਆ ਉਹ ਬਾਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਨੌਕਰ ਨੂੰ ਇਸ ਮਾੜੇ ਨੂੰ ਇੰਨੀ ਮੁਹੱਬਤ ਦੇਣ ਲਈ ਸਪੈਸ਼ਲ ਆਏ ਹੋ ਤੁਹਾਡਾ ਕੋਟੀ ਕੋਟੀ ਧੰਨਵਾਦ ਆ ਬਾਬਾ ਤੁਹਾਡੇ ਚਰਨਾਂ 'ਚ ਸਲਾਮ ਆ ਕਿਉਂਕਿ ਲਾਈਵ 'ਚ ਮੈਸੇਜ ਆ ਰਿਹਾ ਜੀ ਲਾਈਵ ਦੇ ਵਿੱਚ ਕਿ ਵੋਲੀਊਮ ਬਹੁਤ ਘੱਟ ਆ ਰਹੀ ਹੈ ਜਿਹਦੇ ਕਿਸੇ ਵੀ ਕੈਮਰੇ 'ਚ ਵੋਲੀਊਮ ਦਾ ਥੋੜ੍ਹਾ ਜ਼ਰੂਰ ਦੇਖ ਲਿਓ ਬਾਰ ਬਾਰ ਲਾਈਵ ਦੇ ਵਿੱਚ ਮੈਸੇਜ ਪਾ ਰਿਹਾ ਭਰਾ ਸਾਰੇ ਦੇਖਣ ਵਾਲੇ ਵੀ ਵੋਲੀਊਮ ਬੜਾ ਘੱਟ ਆ ਰਿਹਾ ਜ਼ਰੂਰ ਦੇਖਿਓ ਸਾਰੇ ਬੜੀ ਮਿਹਰਬਾਨੀ ਇੱਕ ਵਾਰੀ ਤਾੜੀ ਮਾਰੋ ਬਾਈ ਇਹਨਾਂ ਦੇ ਨਾਂ ਤੇ ਇਹ ਉਹ ਨੇ ਜਿਵੇਂ ਡਰਾਈਵਰਾਂ ਲਈ ਕਿਸੇ ਰਾਗੀ ਢਾਡੀ ਭਰਾ ਨੇ ਬੜਾ ਖੂਬ ਕਿਹਾ ਨਾ ਕਿ ਇਹ 13ਵੀਂ ਕੌਮ ਹੈ ਜਿਹੜੇ ਸੰਗਤ ਨੂੰ ਲੈ ਕੇ ਗੁਰੂਆਂ ਦੇ ਦਰਬਾਰ ਤੇ ਜਾਂਦੇ ਆ ਮੈਂ ਇਹਨਾਂ ਨੂੰ ਕਹੂੰਗਾ ਕਿ ਇਹ ਵੀ 14ਵੀਂ ਕੌਮ 'ਚ ਆਉਂਦੇ ਹੋਣਗੇ ਜਿਹੜੀ ਸੰਗਤ ਦੀ ਆਵਾਜ਼ ਨੂੰ ਘਰੇ ਬੈਠੇ ਹਰ ਗੁਰੂ ਘਰ ਦੀ ਆਵਾਜ਼ ਨੂੰ ਹਰ ਪੀਰ ਫਕੀਰ ਦੇ ਦਰ ਦੀ ਆਵਾਜ਼ ਨੂੰ ਮਾਤਾ ਦੇ ਮੰਦਰਾਂ ਦੀ ਆਵਾਜ਼ ਨੂੰ ਇਹ ਜੋ ਪਹੁੰਚਾਉਂਦੇ ਆ ਇੱਕ ਵਾਰੀ ਇਹਨਾਂ ਦੇ ਵੀ ਨਾਂ ਤੇ ਤਾੜੀ ਜ਼ਰੂਰ ਲਾਓ ਬਾਬਾ ਜੀ ਲਾਈਵ ਜਿਹੜੇ ਵੀ ਕਰਦੇ ਆ ਜਿੰਨੇ ਵੀ ਲਾਈਵ ਸਟੂਡੀਓ ਹੈਗੇ ਆ ਸਾਰਿਆਂ ਨੂੰ ਕੋਟੀ ਕੋਟੀ ਸਲਾਮ ਬਾਬਾ ਬੋਲੀ ਸੱਚ ਦਰਬਾਰ ਕੀ ਓਏ ਮੁੰਡਿਓ ਇੱਥੇ ਖੜੋ ਕਿੱਧਰ ਚਲੇ ਗਏ ਤੁਸੀਂ ਕੀ ਗੱਲ ਗੱਲ ਨਹੀਂ ਯਾਰ ਉਹ ਗਾਹ ਦੇ ਨੇ ਮੈਨੂੰ ਸਪੈਸ਼ਲੀ ਫੋਨ ਹੈ ਸਾਧਾਂ ਦੇ ਚੇਲਿਆਂ ਮਾੜੀ ਮੋਟੀ ਗੱਲ ਨਹੀਂ ਕਿਸੇ ਗੱਲ ਦੀ ਥੋੜ ਨਹੀਂ
ਸਾਧਾਂ ਦੇ ਚੇਲੇ ਆ ਕਿਸੇ ਗੱਲ ਦੀ ਥੋੜ ਨਹੀਂ ਮੈਂ ਜਿੱਦਣ ਦੇ ਲੜ ਲਗਾ ਮੈਨੂੰ ਕੋਈ ਥੋੜ ਨਹੀਂ ਰਹੀ ਜਿਨ੍ਹਾਂ ਨੂੰ ਕਿਸੇ ਗੁਰੂ ਪੀਰ ਨਾਲ ਜੁੜ ਕੇ ਕੋਈ ਥੋੜ ਨਹੀਂ ਰਹੀ ਤੇ ਦਾਤੇ ਨੇ ਥੋੜ ਛੱਡਣੀ ਵੀ ਨਹੀਂ ਲੱਗੇ ਰਹੇ ਹੋ ਬਸ ਤੁਸੀਂ ਐ ਕਰੋ ਦਰਬਾਰੀ ਬਣਾਓ ਯਾਰ जुगनी गाई एक बारी भाई जी आ जाओ अल्लाह बिस्मिल्लाह तेरी जुगनी
ਚਾਲਰ ਬੱਖੀਆਂ ਨੂੰ ਐ ਲਾਵਾ ਚਾਲਰ ਬੱਖੀਆਂ
ਮੂਹਾਂ ਫੱਬੇ ਜੁਗਣੀ ਉਹਦੇ ਮੂਹਾਂ ਫੱਬੇ ਤੇ ਜਿਹਨੂੰ ਸਾਡੇ ਇਸ਼ਕ ਦੀ ਲੱਗੇ ਵੀ ਯਾਦ ਰੱਖਿਓ ਸਿਰਫ ਬੁੜੀਆਂ ਮਾਈਆਂ ਨੂੰ ਛੱਡ ਕੇ ਜਿਨ੍ਹਾਂ ਨੂੰ ਸੁਣਾਈ ਦੇ ਰਿਹਾ ਯਾਦ ਰੱਖਿਓ ਹੱਥ ਖੜੇ ਕਰਕੇ 1 2 3 ਸਟਾਰ ਬੰਗਾ ਚੜਾ ਲਾ ਬੁੜੀਆ آ گیا بنجارا چڑھا لو تھیو چوڑیاں پھکیاں نہیں اے گوڑیاں پھکیاں نہیں اے گوڑیاں اے ادھیاں نہیں بالکل پوریاں آ گیا بنجارا چڑھا لو تھیو چوڑیاں آ گیا We'll be right back.
ਹੋਰ ਪਾਸੇ ਨਾ ਲੈ ਕੇ ਜਾਇਓ ਇਹ ਭੁੱਲਾਂ ਦੀ ਗੁੱਤ ਕਹਿਣ ਲੱਗਾ ਕਿ ਮੇਰੇ ਕੋਲੋਂ ਭੁੱਲ ਹੋ ਗਈ ਹੋਵੇ ਮਾਲਕਾ ਮੈਂ ਤੁਰਦਾ ਫਿਰਦਾ ਕਿਤੇ ਭੁੱਲ ਗਿਆ ਹਾਂ ਉਹਦੀ ਗੁੱਤ ਹੈ ਕੋਈ ਹੋਰ ਪਾਸੇ ਨਾ ਲੈ ਕੇ ਜਾਓ ਕੀ ਕਹਿੰਦੇ ਆ ਮੇਰੀ ਨੱਜਦੀ ਦੇ ਖੁੱਲ ਗਿਆ ਵਾਲ ਜ਼ੋਰ ਬਹੁਤ ਲਾ ਰਿਹਾ ਕਿ ਕੋਈ ਐ ਨਾ ਕਹਿ ਦੇ ਕੋਈ ਬੰਦਾ ਪੈਸੇ ਵੀ ਲੈ ਗਿਆ ਤੇ ਬੰਦਾ ਗਾ ਕੇ ਵੀ ਨਹੀਂ ਗਿਆ 28 ਦਿਨ ਹੋ ਗਏ ਮੇਰਾ ਦਾਤਾ ਜਾਣਦਾ ਪਤਾ ਕਿਉਂ ਡਾਈਟਿੰਗ ਤੇ ਆ ਮੈਂ ਡਾਈਟਿੰਗ ਕਾਦੇ ਤੇ ਆ ਮੈਂ ਡਾਈਟਿੰਗ ਤੇ ਆ ਛਾਪਾ ਪਤਾ ਕਿੰਨਾ ਨਹੀਂ ਪਾਇਆ ਇੱਕ ਉਹ ਪਿੱਛੇ ਖੜਾ ਮੁੱਛੜਾ ਉਹ ਹੁਣ ਉਹਨੂੰ ਸਾਰਾ ਸੁਣਦਾ ਪਿਆ ਪੁੱਠੇ ਸਿੱਧੇ ਇਸ਼ਾਰੇ ਉਧਰ ਕਰ ਰਿਹਾ ਦੇ ਇਹ ਉਹਨੇ ਪੰਗਾ ਪਾਇਆ ਇੱਕ ਕਿੱਧਰ ਗਿਆ ਹੋਵੇ ਇਧਰ ਆਓਗੇ ਉਹ ਮੁੱਛੜਾ ਇੱਕ ਦੂਜਾ ਰਹਿੰਦਾ ਨਾਲ ਮੈਨੂੰ ਕਹਿੰਦੇ ਭਾਜੀ ਤੁਹਾਡਾ ਫੇਸ ਭਾਰਾ ਹੋ ਗਿਆ ਤੁਹਾਡਾ ਢਿੱਡ ਇੱਥੇ ਆ ਗਿਆ ਇਹਨੂੰ ਡਾਈਟਿੰਗ 8 ਸਾਲ ਕਰਾਉਣੀ ਪੈਣੀ ਹੈ 8 ਸਾਲ ਫੇਰ ਜਾ ਕੇ ਫਰਕ ਪਿਆ ਵੀ ਕੁਛ ਨਹੀਂ ਕਹਿ ਸਕਦੇ ਗਰੰਟੀ ਨਹੀਂ ਹੈਗੀ ਖਤਾ ਭਲੀ ਕਰੇ ਓਏ ਹੋ ਜੂ ਤੂੰ ਵੀ ਹੋ ਜੂ ਭਾਜੀ ਤੇਰਾ ਢਿੱਡ ਨਿਕਲ ਗਿਆ ਫਿਰ ਮੈਨੂੰ ਕਹਿੰਦਾ ਤੁਸੀਂ ਰੱਖੋ ਡਾਈਟਿੰਗ ਸਵੇਰੇ ਮੈਨੂੰ ਘੋੜੇ ਵਾਂਗੂ ਚਣੇ ਖਵਾਉਂਦੇ ਆ ਉਬਾਲ ਕੇ ਫਿਰ ਬਿਮਾਰਾਂ ਵਾਂਗੂ ਦਲੀਆ ਦਿੰਦੇ ਆ ਸ਼ਾਮ ਨੂੰ ਸਵੇਰੇ ਉੱਠ ਕੇ ਮੈਨੂੰ ਪੋਹਾ ਬਣਾ ਕੇ ਦਿੰਦੇ ਆ ਰੋਟੀ ਨੂੰ ਜੀ ਬਹੁਤ ਕਰਦਾ ਪਰ ਮੈਨੂੰ ਖਵਾਉਂਦੇ ਨਹੀਂ ਪਤਾ ਨਹੀਂ ਕਿਉਂ ਪਰ ਮੈਂ ਫਿਰ ਵੀ ਜ਼ੋਰ ਲਾ ਰਿਹਾ ਮੇਰਾ ਸਾਥ ਜ਼ਰੂਰ ਦਿਓ ਇੱਕ ਵਾਰੀ ਤਾੜੀ ਲਾਓ ਮੇਰੇ ਮੁਰਸ਼ਿਦ ਨਾਲ ਇਸ਼ਕ ਬੁੱਢੇ ਨੂੰ ਨਚਾਵੇ ਯਾਰ ਇਸ਼ਕ ਬੁੱਢੇ ਨੂੰ ਨਚਾਵੇ ਯਾਰ ਤਾਂ ਨੱਚਣਾ ਪੈਂਦਾ ਏ ਯਾਰ ਤੇ ਨੱਚਣਾ ਪੈਂਦਾ ਏ ਤੈਨੂੰ ਸਾਹਮਣੇ ਬਿਠਾ ਕੇ ਤਸਵੀਰ ਬਣਾ ਮੇਰਾ ਦਿਲ
पहले मैं शब्द गावा भाई जी भाई जी पहले तन तन श्री गुरु रविदास महाराज का शब्द गाइए तो फिर अपन इन्हें गल कवां जय गुरुदेव धन गुरुदेव जय गुरुदेव धन गुरुदेव जय गुरुदेव धन गुरुदेव जय गुरुदेव धन गुरुदेव दुनिया ते जीना संभव नहीं सी जे कुल संसार ना होंदा मैं इत्थे किवें गा देंदा जे सुखी मेरा परिवार ना होंदा इन्हां हिंदुआं दी रख्या कौन करदा जे गुरु गोबिंद सिंह सरदार ना होंदा ए मेले नहीं सी लगने जे सच दा प्रचार ना होंदा आ रावण नूं मौत नहीं सी आउणी ਹੰਕਾਰ ਨਹੀਂ ਸੀ ਟੁੱਟਣੇ ਜੇ ਗੁਰੂ ਰਵਿਦਾਸ ਮਹਾਰਾਜ ਚਮਾਰ ਨਾ ਹੁੰਦਾ ਗੁਰਦੁਆਰਾ ਸਾਹਿਬ ਸਥਾਪਿਤ ਹੋਣਾ ਨੇਕੀ ਕਰ ਬੰਦਿਆ ਭੁੱਲੀ ਜਾ ਨੇਕੀ ਕਰ ਭੁੱਲੀ ਜਾ ਨੇਕੀ ਕਰ ਭੁੱਲੀ ਜਾ ਇਹਦੇ ਵਿੱਚ ਜਾਤੀ ਪਾਤੀ ਦਾ ਕੋਈ ਰੋਲ ਨਹੀਂ ਹੈਗਾ ਨਾ ਅਸੀਂ ਸਿਰਫ ਰਵਿਦਾਸੀ ਭਰਾਵਾਂ ਨੂੰ ਕਹਿ ਰਹੇ ਹਾਂ ਨਾ ਅਸੀਂ ਭਾਈ ਵਾਲਮੀਕੀ ਭਰਾਵਾਂ ਨੂੰ ਕਹਿ ਰਹੇ ਹਾਂ ਨਾ ਜੱਟ ਭਰਾਵਾਂ ਨੂੰ ਕਹਿ ਰਹੇ ਹਾਂ ਅਸੀਂ ਦੇ ਕੇ ਇਨਸਾਨੀਅਤ ਨੂੰ ਕਹਿ ਰਹੇ ਹਾਂ ਕਿ ਭਾਈ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਰਦੁਆਰਾ ਸਾਹਿਬ ਸਥਾਪਿਤ ਹੋਣਾ ਜਿਹਦੇ ਕੋਲੋਂ ਜੋ ਸਰਦਾ ਹੈ ਤੇ ਇਹਨਾਂ ਨੂੰ ਜ਼ਰੂਰ ਸੇਵਾ ਲਿਖਾਇਓ ਕਿਉਂਕਿ ਗੁਰੂ ਘਰਾਂ 'ਚ ਵੰਡੀਆਂ ਨਹੀਂ ਪਾਉਣੀਆਂ ਸੀ ਸਭ ਕੁਛ ਇੱਕ ਹੀ ਹੈ ਮਰਨ ਤੋਂ ਬਾਅਦ ਪਤਾ ਲੱਗੂਗਾ ਸਭ ਕੁਛ ਇੱਕ ਹੈ ਅਜੇ ਤਾਂ ਅਸੀਂ ਝਮੇਲਿਆਂ 'ਚ ਪਏ ਹੋਏ ਹਾਂ ਅਸੀਂ ਜੱਟ ਹਾਂ ਅਸੀਂ ਰਵਿਦਾਸੀ ਹਾਂ ਅਸੀਂ ਕਮੋਹ ਭਰਾ ਹਾਂ ਅਸੀਂ ਫਲਾਣੇ ਹਾਂ ਅਸੀਂ ਉਹ ਹਾਂ ਇਨਸਾਨੀਅਤ ਤੋਂ ਵੱਧ ਕੇ ਕਿਸੇ ਦੀ ਜਾਤ ਨਹੀਂ ਹੁੰਦੀ ਬਾਬੇ ਯਾਦ ਰੱਖਿਓ ਜਿਹਨੇ ਜੋ ਦੇਣਾ ਹੋਵੇ ਸਰਦਾ ਹੋਵੇ ਤੇ ਪ੍ਰਬੰਧਕ ਕਮੇਟੀ ਨੂੰ ਜਾ ਕੇ ਜ਼ਰੂਰ ਲਿਖਾ ਕੇ ਆਇਓ ਤੁਹਾਡਾ ਇੱਕ ਇੱਕ ਦਿੱਤਾ ਰੁਪਈਆ ਜ਼ਰੂਰ ਕਿਸੇ ਲੇਖੇ ਲੱਗੂਗਾ ਇੱਕ ਵਾਰੀ ਤਾੜੀ ਲਾ ਦਿਓ ਧੰਨ ਗੁਰੂ ਰਵਿਦਾਸ ਮਹਾਰਾਜ ਦੇ ਨਾਲ ਆ ਜਾ ਮੇਰੀ ਕਮਲੀ ਤੇ ਪਰਦੇ ਕੱਜ ਬਾਬਾ ਮੇਰੀ
ਤੁਹਾਨੂੰ ਸਾਰਿਆਂ ਨੂੰ ਬੜਾ ਅੱਛਾ ਲੱਗੂ ਫੋਟੋ ਚੁਕਾਣੀ ਆ ਕਿਹਨੇ ਫੋਟੋ ਚੁਕਾਣੀ ਕਿੱਥੋਂ ਚੁਕਾਣੀ ਆ ਫੋਟੋ ਮੈਨੂੰ ਦੱਸ ਕਿੱਥੇ ਪਈ ਆ ਉਹ ਚੁਕਾਉਣੀ ਉਹ ਚੁਕਾਣੀ ਫੋਟੋ ਖਿਚਾਣੀ ਆ ਕਿ ਫੋਟੋ ਚੁਕਾਣੀ ਆ ਫੋਟੋ ਖਿਚਾਣੀ ਆ ਤੂੰ ਨਾਲੇ ਕਹਿੰਦਾ ਫੋਟੋ ਚੁਕਾਣੀ ਆ ਫੋਟੋ ਚੁਕਾਣੀ ਆ ਚੁਕਾਈਏ ਫੋਟੋ ਕਿੱਥੇ ਤੇਰਾ ਕੈਮਰਾ ਕਿੱਥੇ ਆ ਫੋਟੋ ਚੁੱਕੀ ਦਿਓ ਮੇਰੀ ਕਮਲੀ ਤੇ ਪਰਦੇ ਗੱਜ ਬਾਬਾ ਮੇਰੀ ਕਮਲੀ ਦੋ ਕੁ ਗੱਲਾਂ ਕਰਨਾ ਕੰਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਇਹਨਾਂ ਧੀਆਂ ਨੂੰ ਸਲਾਮ ਜਿਹਨੂੰ ਲੋਕ ਪਤਾ ਕੀ ਕਹਿੰਦੇ ਆ ਕਹਿੰਦੇ ਰੂੜੀ ਹੈ ਰਾਤ ਮੈਂ ਆਪਣੇ ਘਰੇ ਬੈਠਾ ਮੇਰੀ ਵੱਡੀ ਭੂਆ ਆਈ ਹੋਈ ਸੀ ਉਹਨਾਂ ਨੇ ਮਜ਼ਾਕ ਦੇ ਵਿੱਚ ਕੀ ਇਹ ਬਜ਼ੁਰਗ ਕਹਿ ਦਿੰਦੇ ਆ ਕਹਿੰਦੇ ਪਰਾਇਆ ਧਾਨੇ ਤੇ ਰੂੜੀ ਦੇ ਬਰਾਬਰ ਹੁੰਦੇ ਆ ਚੱਕ ਕੇ ਕੋਈ ਵਿਆਹ ਕੇ ਕੋਈ ਲੈ ਜਾਂਦਾ ਜਿਵੇਂ ਰੂੜੀ ਨੂੰ ਚੱਕ ਕੇ ਕੋਈ ਲੈ ਜਾਂਦਾ ਧੀਆਂ ਨੂੰ ਵਿਆਹ ਕੇ ਕੋਈ ਹੋਰ ਲੈ ਜਾਂਦਾ ਮੈਂ ਆਪਣੀ ਭੂਆ ਨੂੰ ਕਿਹਾ ਮੈਂ ਕਿਹਾ ਭੂਆ ਇੱਥੇ ਗਲਤ ਹੈ ਤੂੰ ਧੀ ਰੱਬ ਉਹਨੂੰ ਦਿੰਦਾ ਹੈ ਜਿਹੜਾ ਰਾਜਾ ਹੋਵੇ ਧੀ ਹਰ ਕਿਸੇ ਦੇ ਕਿਸਮ 'ਚ ਨਹੀਂ ਹੋ ਸਕਦੀ ਤੇ ਰਾਜੇ ਨੂੰ ਫਿਰ ਰੂੜੀ ਨਹੀਂ ਉਹਨੂੰ ਅਹੁਦੇਦਾਰੀਆਂ ਬਖਸ਼ਦਾ ਹੈ ਇਹ ਧੀਆਂ ਰੂੜੀ ਨਹੀਂ ਮੈਂ ਕਹੂੰਗਾ ਇਹਨਾਂ ਨੂੰ ਇਹ ਅਹੁਦੇਦਾਰੀਆਂ ਨੇ ਇਹ ਸਿਰ ਦਾ ਤਾਜ ਨੇ ਬਾਬਿਓ ਔਰ ਉਸ ਧੀ ਨੂੰ ਮੈਂ ਧੀ ਨਹੀਂ ਗਿਣਦਾ ਇਹ ਮੇਰਾ ਹਰ ਸਟੇਜ ਦੇ ਉੱਪਰ ਮੈਸੇਜ ਹੋਊਗਾ ਮੈਂ ਉਸ ਧੀ ਨੂੰ ਧੀ ਨਹੀਂ ਗਿਣਦਾ ਇੱਕ ਟੁੱਚੂ ਜਿਹੇ ਇਨਸਾਨ ਪਿੱਛੇ ਲੱਗ ਕੇ ਜਿਹੜੇ 25 ਤੋਂ 30 ਸਾਲ ਦਾ ਆਪਣੇ ਮਾਂ ਪਿਓ ਦਾ ਪਿਆਰ ਭੁੱਲ ਜਾਵੇ ਉਹ ਧੀ ਨਹੀਂ ਹੁੰਦੀ ਬਦਕਾਰ ਹੁੰਦੀ ਹੈ ਤੇ ਜਿਹੜੀ ਧੀਆਂ ਲੱਜਾਂ ਰੱਖਦੀਆਂ ਨਾ ਬਾਬਿਓ ਉਹ ਧੀਆਂ ਨੂੰ ਇੱਥੇ ਵੀ ਸੁੱਖ ਤੇ ਉਹਨਾਂ ਨੂੰ ਉੱਥੇ ਵੀ ਸੁੱਖ ਉਹ ਦੋਵੇਂ ਜਹਾਨੀ ਸੁੱਖ ਮਾਣਦੀਆਂ ਨੇ ਜਿਹੜੀ ਧੀਆਂ ਆਪਣੇ ਮਾਪਿਆਂ ਦੀ ਪੱਗ ਦੀ ਲੱਜ ਰੱਖਦੀਆਂ ਤੇ ਜਿਹੜੇ ਨੌਜਵਾਨ ਇੱਕ ਆਮ ਕਿਸੇ ਔਰਤ ਪਿੱਛੇ ਲੱਗ ਕੇ ਆਪਣੇ ਮਾਂ ਪਿਓ ਦਾ ਸਤਿਕਾਰ ਭੁੱਲ ਜਾਣ ਉਹ ਪੁੱਤ ਨਹੀਂ ਹੁੰਦੇ ਕਪੁੱਤ ਹੁੰਦੇ ਬਾਬਿਓ ਨਾ ਇੱਥੇ ਢੋਈ ਤੇ ਨਾ ਉੱਥੇ ਢੋਈ ਨਾ ਇੱਥੇ ਢੋਈ ਤੇ ਨਾ ਉੱਥੇ ਢੋਈ ਉਹਨਾਂ ਦਾ ਬਣਦਾ ਨਹੀਂ ਕੋਈ ਨਾ ਇੱਥੇ ਢੋਈ ਨਾ ਉੱਥੇ ਢੋਈ ਪਰ ਧੀ ਸੱਚੀ ਹੋਣੀ ਚਾਹੀਦੀ ਹੈ ਇਹ ਨਹੀਂ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ
ਉਹ ਹੋਵੇ ਸੱਚ ਦਾ ਪ੍ਰਤੱਖ ਕਰੇ ਬਾਬਿਓ ਇਹ ਨਹੀਂ ਕਿ ਗੁਰੂ ਨੂੰ ਮੰਨਦੀ ਆ ਪਰ ਗੁਰੂ ਵਾਲੀ ਹੈ ਨਹੀਂ ਆਪਣੇ ਆਪਣੇ ਮਾਪਿਆਂ ਨਾਲ ਧੋਖਾ ਕਰੇ ਆਪਣੇ ਪਰਿਵਾਰ ਨਾਲ ਧੋਖਾ ਕਰੇ ਆਪਣੇ ਭਰਾਵਾਂ ਨਾਲ ਧੋਖਾ ਕਰੇ ਆਪਣੇ ਘਰ ਵਾਲੇ ਨਾਲ ਧੋਖਾ ਕਰੇ ਆਪਣੇ ਸਹੁਰੇ ਪਰਿਵਾਰ ਨਾਲ ਧੋਖਾ ਕਰੇ ਉਹ ਧੀ ਨਹੀਂ ਹੁੰਦੀ ਯਾਦ ਰੱਖਿਓ ਬਾਬੇ ਯਾਦ ਰੱਖਿਓ ਨਹੀਂ ਮਰਦੇ ਧੀ ਪਰਾਇਆ ਧਨ ਹੁੰਦੀਆਂ ਨੇ ਪਰ ਧੀ ਵਰਗਾ ਕੌਣ ਹੋਊਗਾ ਪਹਿਲੇ ਮਾਪਿਆਂ ਦਾ ਘਰ ਸਜਾਉਂਦੀਆਂ ਨੇ ਫਿਰ ਜਾ ਕੇ ਕਿਸੇ ਪਰਾਏ ਘਰ ਦੇ ਵਿੱਚ ਆਪਣਾ ਬਣਾ ਕੇ ਉਹਨੂੰ ਸਜਾਉਂਦੇ ਧੀਆਂ ਵਰਗਾ ਕੌਣ ਹੋ ਜਾਊਗਾ ਪਰ ਧੀ ਸੱਚੀ ਹੋਣੀ ਚਾਹੀਦੀ ਇੱਕ ਵਾਰ ਧੀਆਂ ਦੇ ਨਾਂ ਤੇ ਤਾੜੀ ਲਾ ਦਿਓ ਸ਼ਲਾ ਬੇਰੀ ਪੂਰੇ ਵੇ ਪਤਨ ਮਾਹੀਦਾ ਪੂਰੇ ਵੇ ਜਾਣਾ ਹੀ ਪਹਿਲੇ ਵੇ ਜਾਣਾ ਹੀ ਪਹਿਲੇ ਪੂਰੇ ਵੇ ਗੱਲ ਸੁਣ ਥੱਲਿਆ ਹਲੇ 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 ਹਲੇ
ਤੁਸੀਂ ਫੋਟੋ ਦੇਖੀ ਹੋਣੀ ਹੈ ਇੱਕ ਗਰੀਬ ਨੂੰ ਕੇਲੇ ਦੇ ਰਹੇ ਨੇ ਦੋ ਜਣੇ ਦੋ ਨਹੀਂ ਸੌਰੀ 10 ਜਣੇ ਦੋ ਕੇਲੇ ਦੇ ਰਹੇ ਫੋਟੋ ਕਰਾਉ ਰਹੇ ਵੀ ਪਤਾ ਨਹੀਂ ਕਿੱਡਾ ਕੋ ਨੂੰ ਸੋਨੇ ਦਾ ਤਖਤ ਬਿਠਾ ਕੇ ਦੇ ਰਹੇ ਦੋ ਕੇਲੇ ਐਵੇਂ ਫੋਟੋਆਂ ਕਰਾ ਰਹੇ ਉਹਦੇ ਨਾਲ ਅਗਲੇ ਨੂੰ ਕਹਿ ਰਹੇ ਤੂੰ ਵੀ ਨਾਲ ਆ ਜਾ ਦੋ ਕੇਲੇ 5 ਰੁਪਏ ਦੇ ਕੇਲੇ ਹੋਣਗੇ ਐਸਾ ਹਾਲ ਹੋ ਗਿਆ ਦੁਨੀਆ ਦਾ ਬਾਬੇ ਜਾਤਾਂ ਪਾਤਾਂ ਵਿੱਚ ਪੈ ਗਿਆ ਲੋਕੀ ਤੇ ਭੁੱਲ ਗਿਆ ਪੜ੍ਹਨੀ ਬਾਣੀ ਤੋ ਕੇਲੇ ਦੇ ਕੇ ਕਰਾਉਣ ਫੋਟੋਆਂ ਅੱਜ ਕੱਲ੍ਹ ਦੇ ਦਾਨੀ ਸੱਚਾਈ ਹੈ ਭਾਈ ਦੇਖੀ ਹੋਣੀ ਫੋਟੋ ਤੁਸੀਂ ਉਹ ਕੇਲੇ ਖਾ ਕੇ ਮਰੇ ਨਾ ਮਰੇ ਉਹ ਸ਼ਰਮ ਨਾਲ ਹੀ ਮਰ ਗਿਆ ਹੋਊਗਾ ਕੇਲੇ ਲੈਣ ਤੋ ਕੇਲੇ ਦੇ ਕੇ ਕਰਾਉਣ ਫੋਟੋਆਂ ਅੱਜ ਕੱਲ੍ਹ ਦੇ ਦਾਨੀ ਸਹੁਰੇ ਸੱਸ ਨੂੰ ਘਰ ਚੋਂ ਕੱਢਦਾ ਸਹੁਰੇ ਸੱਸ ਨੂੰ ਘਰ ਚੋਂ ਕੱਢਦਾ ਤੇ ਅੱਗੇ ਬਾਹੀ ਪਾਇਆ ਚੂੜਾ ਅੱਜ ਕੱਲ੍ਹ ਦੀਆਂ ਧੀਆਂ ਧੀਆਂ ਨਹੀਂ ਰਹਿ ਗਈਆਂ ਵੀ ਸੁਣੋ ਦੁਬਾਰਾ ਫਿਰ ਉਸੇ ਗੱਲ ਤੇ ਆਉਣਾ ਆਪਣੇ ਮਾਂ ਪਿਓ ਦੇ ਘਰ ਤੇ ਕਹਿੰਦੀਆਂ ਨੇ ਮੇਰੀ ਮਾਂ ਹਿੰਦੀ 'ਚ ਮੇਰੀ ਮੰਮਾ ਇੰਗਲਿਸ਼ 'ਚ ਮੇਰੀ ਮੌਮ ਤੇ ਸੱਸ ਨੂੰ ਦੇਖ ਕੇ ਪੀੜਾਂ ਪੈ ਜਾਂਦੀਆਂ ਫਿਰ ਕਾਹਦੀਆਂ ਧੀਆਂ ਹੋਈਆਂ ਤੁਸੀਂ ਅਸਲ ਮਾਂ ਸੱਸ ਹੁੰਦੀ ਜਿਹਨਾਂ ਨੇ ਸੱਸਾਂ ਦੀ ਕਦਰ ਕੀਤੀ ਹੈ ਸੁੱਖ ਮਾਣਿਆ ਉਹਨਾਂ ਨੇ ਇਹ ਮੇਰੀਆਂ ਦਾਦੀ ਦੇ ਸਮਾਨ ਇੱਥੇ ਬਜ਼ੁਰਗਾਂ ਬੈਠੀਆਂ ਹੋਈਆਂ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਜਿਹਨਾਂ ਨੇ ਆ ਕੋਈ ਇਹਨਾਂ 'ਚੋਂ ਵੀ ਬਜ਼ੁਰਗ ਐਸੀ ਨਾ ਹੋਵੇ ਜਿਹਨੇ ਅੱਜ ਤੱਕ ਸੱਸ ਨਾਲ ਨਾ ਬਣਦੀ ਹੋਵੇ ਉਹ ਗੱਲ ਵੱਖਰੀ ਹੈ ਪਰ ਇੱਕ ਗੱਲ ਕਹਾਂ ਜਿਹਨਾਂ ਨੇ ਸੱਸ ਨੂੰ ਰਾਜ਼ੀ ਕੀਤਾ ਹੈ ਦਾਤਾ ਨੇ ਉਹਨਾਂ ਨੂੰ ਰਾਜ਼ੀ ਕੀਤਾ ਯਾਦ ਰੱਖਿਓ ਮੈਂ ਬੜੀ ਵੱਡੀ ਗੱਲ ਨਹੀਂ ਕਰਦਾ ਮੇਰੀ ਮਾਂ ਇੱਕ ਅਨਪੜ੍ਹ ਹੈ ਔਰ 4 ਭਰਾਵਾਂ ਨੂੰ ਡਬਲ MA ਕਰਵਾ ਕੇ ਤੇ ਦਾਦੀ ਦੀ ਇੰਨੀ ਕੁ ਸੇਵਾ ਕੀਤੀ ਅੱਜ ਉਹ ਸੁੱਖ ਮਾਣਦੀ ਹੈ ਸੁੱਖ ਮਾਣਦੀ ਹੈ ਕਿਉਂ ਸੇਵਾ ਕੰਮ ਆਈ ਹੈ ਕੀਤੀ ਸੇਵਾ ਸੇਵਾ ਕੀਤੀ ਸਾਧ ਸੰਗਤ ਦੀ ਸੇਵਾ ਕੀਤੀ ਸਾਧ ਸੰਗਤ ਦੀ ਖਾਲੀ ਨਾ ਹੋ ਜਾਂਦੀ ਹੈ ਸੇਵਾ ਕੀਤੀ ਸਾਧ ਸੰਗਤ ਦੀ ਖਾਲੀ ਨਾ ਜਾਂਦੀ ਹੈ ਸੇਵਾ ਕੀਤੀ ਸਾਧ ਸੰਗਤ ਦੀ ਮੇਰੀ
ਜਾਵਾਂ ਹੁਣ ਮੈਂ ਦਿਲ ਨੂੰ ਇਹੋ ਰੋਗ ਮਾਰ ਗਿਆ ਤੇਰੇ ਘਰ ਜਾਵਾਂ ਯਾਰ ਕਲਾਵਾ ਵਿਚਾਰ ਦਾ ਤੇਰੇ ਘਰ ਜਾਵਾਂ ਯਾਰ ਕਲਾਵਾ ਵਿਚਾਰ ਦਾ ਇੱਕ ਘਰ ਰੱਬ ਦਾ ਤੇ ਦੂਜਾ ਕਰ ਯਾਰ
ਬੰਦਰ ਹੈ।